ਸੱਜੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਸੁਰਤਿਆਂ ਨੂੰ ਜੀ ਆਇਆਂ ਨੂੰ ਮੌਸਮ ਵੀ ਪਾਗਣ ਦਿੱਤੀ ਵੱਡੀ ਚਤਾਵਨੀ ਕਿੱਥੇ ਕਿੱਥੇ ਆਮੀ ਪੈਣ ਦੀ ਸੰਭਾਵਨਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਗਲੋਬਲ ਵਾਰਮਿੰਗ ਕਾਰਨ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਤੋਂ ਅਗਲੇ ਦੋ ਦਿਨਾਂ ਲਈ ਰਾਤ ਮਿਲਣ ਵਾਲੀ ਹੈ ਇਸ ਦੇ ਨਾਲ ਹੀ ਆੜੀ ਦੀਆਂ ਫਸਲਾਂ ਕਰਕੇ ਕਣਕ ਦੀ ਵਾਢੀ ਵੀ ਪ੍ਰਭਾਵਿਤ ਹੋਏਗੀ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਅਤੇ ਭਾਰਤੀ ਮੌਸਮ ਵਿਭਾਗ ਦੇ ਮੌਸਮ ਬੁਲੇਟਿਨ ਅਨੁਸਾਰ 23 ਅਪ੍ਰੈਲ ਨੂੰ ਮੌਸਮ ਬਦਲੇ ਰਹੇਗਾ ਇਸ ਦੌਰਾਨ ਸਰਗਰਮ ਪੱਛਮੀ ਗੜਬੜੀ ਦੇ ਕਾਰਨ ਹਰਿਆਣਾ ਸਮੇਤ ਐਨਸੀਆਰ 'ਚ ਗਰਜ ਨਾਲ ਹਲਕੀ بارش ਹੋ ਸਕਦੀ ਹੈ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਤ ਮਿਲਣ ਦੀ ਉਮੀਦ ਹੈ ਪਰ ਇਸ ਸਮੇਂ ਦੋਰਾਨ ਬਰਸਾਤ ਵਾਲੇ ਖੇਤਰਾ ਦੇ ਵਿੱਚ ਕਣਕ ਦੀ ਵਾਢੀ ਤੇ ਕਢਾਈ ਤੇ ਜ਼ਰੂਰ ਅਸਰ ਪਏਗਾ ਇਸ ਨਾਲ ਕਿਸਾਨਾਂ ਨੂੰ 23 ਤੋਂ 24 April ਨੂੰ ਮੌਸਮ ਦੀ ਤਬਦੀਲੀ ਦੇ ਮੱਦੇ ਨਜ਼ਰ ਵਾਢੀ ਦਾ ਕੰਮ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਜੀ ਆ ਤੁਸੀਂ ਕੀ ਕਹਿਣਾ ਚਾਹੋਗੇ ਮੌਸਮ ਦਿਨ-ਬਦਿਨ ਜੀ ਹਾਂ ਇਸ ਵਰਤੇ ਤਾਂ ਲੱਗ ਰਿਹਾ ਹੈ ਕਿ ਹਲੇ ਤਾਂ ਕਿ ਠੰਡ ਗਈ ਨਹੀਂ ਦਿਨ-ਬਦਿਨ ਠੰਡ ਵਾਧ ਰਹੀ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ